ਜੇ ਆਪਾਂ ਨੂੰ ਯੈਲੋ ਲਾਈਨ ਕ੍ਰੋਸ ਕਰਨੀ ਪੈਂਦੀ ਆ ਤਾਂ ਆਪਾਂ ਅਲਾਊਡ ਹੈ, ਆਪਾਂ ਯੈਲੋ ਲਾਈਨ ਨੂੰ ਕ੍ਰੋਸ ਕਰਕੇ ਟਰਨ ਲੈ ਸਕਦੇ ਹਾਂ। ਬਸ ਇਹ ਧਿਆਨ ਰੱਖਣਾ ਕਿ ਮੂਹਰੋਂ ਕੋਈ ਗੱਡੀ ਨਾ ਆਉਂਦੀ ਹੋਵੇ। ਜੇ ਮੂਹਰੋਂ ਕੋਈ ਗੱਡੀ ਆਉਂਦੀ ਆਪਾਂ ਪਿੱਛੇ ਰੁਕ ਜਾਣਾ ਅਤੇ ਆਪਾਂ ਜਦੋਂ ਗੱਡੀ ਕਲੀਅਰ ਹੋ ਗਈ ਫਿਰ ਆਪਾਂ ਟਰਨ ਲੈ ਲੈਣੀ। ਅਤੇ ਇੱਕ ਹੋਰ ਚੀਜ਼ ਧਿਆਨ ਰੱਖਣੀ ਹੈ ਵੀ ਟ੍ਰੇਲਰ ਦੇ ਜਿਹੜੇ ਟਾਇਰ ਹੈ ਉਹ ਵਾਈਡ ਨਾ ਹੋਣ ਜ਼ਿਆਦਾ ਕਰਬ ਤੋਂ, ਠੀਕ ਹੈ। ਅਤੇ ਜੇ ਆਪਾਂ ਦੇਖ ਸਕਦੇ ਹਾਂ ਜੇ ਆਪਾਂ ਯੈਲੋ ਲਾਈਨ ਨੂੰ ਕ੍ਰੋਸ ਨਹੀਂ ਕਰਦੇ, ਆਪਾਂ ਕਹਿੰਦੇ ਵੀ ਆਪਾਂ ਜਿਹੜੀ ਟਰਨ ਹੈ ਇੱਦਾਂ ਹੀ ਦੇ ਲਈਏ, ਤਾਂ ਤੁਸੀਂ ਦੇਖੋਗੇ ਹੁਣ ਜਿਹੜਾ ਸਟੂਡੈਂਟ ਹੈ ਇਹ ਰਾਈਟ ਟਰਨ ਲੈ ਰਿਹਾ ਅਤੇ ਯੈਲੋ ਲਾਈਨ ਨੂੰ ਇਹ ਕ੍ਰੋਸ ਨਹੀਂ ਕਰ ਰਿਹਾ। ਅਤੇ ਹੁਣ ਦੇਖ ਸਕਦੇ ਹਾਂ ਜਿਹੜੇ ਟ੍ਰੇਲਰ ਦੇ ਟਾਇਰ ਹੈ ਉਹ ਕਰਬ ਦੇ ਉੱਤੋਂ ਦੀ ਹੋ ਕੇ ਆ ਰਹੇ ਹਾਂ। ਅਤੇ ਜੇ ਤੁਹਾਡੇ ਟ੍ਰੇਲਰ ਦੇ ਟਾਇਰ ਹੈ ਕਰਬ ਨੂੰ ਟੱਚ ਕਰ ਗਏ ਜਾਂ ਕਰਬ ਦੇ ਉੱਤੇ ਚੜ੍ਹ ਗਏ ਤਾਂ ਇਹ ਆਟੋਮੈਟਿਕ ਫੇਲ ਹੈ, ਡਿਸਕੁਆਲੀਫਿਕੇਸ਼ਨ ਹੈ। ਆਪਾਂ ਕਦੇ ਵੀ ਟ੍ਰੇਲਰ ਟਾਇਰ ਕਰਬ ਦੇ ਉੱਤੇ ਨਹੀਂ ਚੜ੍ਹਨੇ ਅਤੇ ਨਾ ਹੀ ਟੱਚ ਕਰਨੀ ਹੈ।